ਪਾਰਟੀ ਵਿੱਚ ਚੱਲੇ ਵੱਡੇ ਰੇੜਕੇ ਤੋਂ ਬਾਅਦ ਹਾਈ ਕਮਾਨ ਦੇ ਹੁਕਮਾਂ ਤਹਿਤ ਪੰਜਾਬ ਕਾਂਗਰਸ ਦੇ ਬਣਾਏ ਗਏ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅੱਜ ਤਾਜ਼ਪੋਸ਼ੀ ਹੋਈ ਹੈ। ਇਸ ਸਮਾਗਮ ਵਿੱਚ ਬੋਲਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਮੇਰੇ ਲਈ ਕੋਈ ਅਹੁਦਾ ਮਸਲਾ ਨਹੀਂ ਰੱਖਦਾ, ਕੈਬਨਿਟ ਅਹੁਦੇ ਤਾਂ ਉਹਨਾਂ ਵਹਗਾ ਵਗਾ ਮਾਰੇ ਨੇ, ਪਰ ਮਸਲਾ ਪੰਜਾਬ ਦਾ ਹੈ। ਪੰਜਾਬ ਦਾ ਕਿਸਾਨ ਅੱਜ ਦਿੱਲੀ ਦੀਆਂ ਸੜਕਾਂ ਤੇ ਰੋਲ ਰਿਹਾ ਹੈ। ਮਸਲਾ ETT ਅਧਿਆਪਕਾਂ ਨਰਸਾਂ ਦਾ ਹੈ ਜਿਹੜੇ ਅੱਜ ਸੜਕਾਂ ਤੇ ਰੋਲ ਰਹੇ ਨੇ। ਮਸਲਾ ਟਰੱਕ ਡਰਾਈਵਰਾਂ ਤੇ ਕੰਡਕਟਰਾਂ ਦਾ ਹੈ। ਮਸਲਾ ਮੇਲੇ ਗੁਰੂ ਦਾ ਹੈ। ਸਿੱਧੂ ਨੇ ਕਿਹਾ ਹੈ ਕਿ ਅਜਿਹੇ ਮਸਲੇ ਹੱਲ ਕਰਨ ਦੇ ਲਈ ਉਹ ਪ੍ਰਧਾਨ ਬਣੇ ਹਨ ਅਤੇ ਜੇਕਰ ਇਹ ਮਸਲੇ ਹੱਲ ਨਾ ਹੋਏ ਤਾਂ ਇਹ ਪ੍ਰਧਾਨ ਕੀ ਕਿਸ ਕੰਮ ਦੀ ਹੈ। ਇਸ ਤਾਜ਼ਪੋਸ਼ੀ ਸਮਾਗਮ ਦੇ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨਜ਼ਰ ਆਈ ਹੈ। ਇਸ ਸਮਾਗਮ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਇਕੱਠਿਆਂ ਬੈਠੇ ਨਜ਼ਰ ਆਏ ਨੇ। ਮਸਲਾ ਇਹ ਹੈ ਕਿ ਅੱਜ ਪੰਜਾਬ ਦਾ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੈਠਾ, ਜਿਨਕੇ ਮਤ ਸੇ ਬਨਤੀ ਹੈ ਸਰਕਾਰੇ, ਆਜ ਦਰ ਬਦਰ ਸੜਕੋਂ ਪੇ ਭਟਕ ਰਹੇ ਬੇਚਾਰੇ। ਇਹ ਮਸਲਾ ਹੈ, ਇਹ ਮਸਲਾ ਹੈ, ਮਸਲਾ ਉਮੀਦਾਂ ਦੀ। ਅਗਰ ਇਹ ਮਸਲੇ ਹੱਲ ਹੁੰਦੇ ਹੈ ਤੇ ਪ੍ਰਧਾਨਗੀ ਪੰਨ ਸਥਲੀ ਹੈ, ਤੀਰਥ ਵਰਗੀ ਹੈ। ਅਗਰ ਇਹ ਮਸਲੇ ਹੱਲ ਨਹੀਂ ਹੁੰਦੇ ਔਰ ਮੇਰੇ ਗੁਰੂ ਦਾ ਇਨਸਾਫ ਨਹੀਂ ਹੁੰਦਾ ਤੇ ਕੱਖ ਨਹੀਂ ਹੈ ਫਿਰ ਕੱਖ। ਆਪਣੇ ਮੁੱਦਿਆਂ ਤੋਂ ਕਾਂਗਰਸ ਦੇ ਹਾਈ ਕਮਾਂਡ ਦੇ ਦਿੱਤੇ 18 ਪੁਆਇੰਟ ਏਜੰਡੇ ਤੋਂ ਬਿਲਕੁਲ ਪਿੱਛੇ ਨਹੀਂ ਹਟੇਗਾ ਤੇ ਦਿੱਲੀ ਮਾਡਲ ਦੇ ਪੱਖ ਛੇ ਉਡਾ ਦੇਣੇ ਆ ਪੰਜਾਬ ਮਾਡਲ ਨੇ। ਯਾਦ ਰੱਖਿਓ ਮਿੱਤਰੋ, ਯਾਦ ਰੱਖਿਓ ਪੰਜਾਬੀਆਂ, ਪੰਜਾਬ ਜਿੱਤੂ, ਪੰਜਾਬੀ ਜਿੱਤੂ ਤੇ ਮੇਰੇ ਵੱਡੇ ਸਿਰ ਦੇ ਉੱਤੇ ਹੱਥ ਰੱਖਣ ਤੇ ਵੱਟ ਕੱਢ ਦੂੰ, ਵੱਟ ਨਿਚੋੜ ਦੂੰ, ਨਿਚੋੜ।